ਅੱਛਾ ਜੀ, ਬੁਰਸ਼ ਨੂੰ ਵੇਖ ਕੇ ਕੁਝ ਦੋਸਤ ਸਮਝ ਗਏ ਹੋਣੇ ਨੇ ਕਿ ਮੈਂ ਅੱਜ ਕੀ ਕੰਮ ਕਰਨ ਲੱਗਾ ਵਾਂ। ਅਤੇ ਧੁੱਪ ਜਿਹੜੀ ਹੈ ਅਲਹਮਦੁਲਿਲਾ ਬੜੀ ਹੀ ਜ਼ਬਰਦਸਤ ਨਿਕਲ ਆਈ ਹੈ। ਅੱਜ ਇਤਵਾਰ ਹੈ ਅਤੇ ਮੈਂ ਘਰ ਨਹੀਂ ਗਿਆ, ਅੱਜ ਮੈਂ ਲਾਹੌਰ ਦੇ ਵਿੱਚ ਆ। ਚਾਦਰ ਜਿਹੜੀ ਹੈ ਧੁੱਪ 'ਤੇ ਪਾਈਏ ਵੀ ਇਹਦੇ ਜਰਾਸੀਮ ਵਗੈਰਾ ਉਹ ਮਰ ਜਾਣ। ਬੁਰਸ਼ ਮੈਂ ਪਕੜ ਲਿਆ, ਜਰਸੀ ਜਿਹੜੀ ਸੀ ਮੇਰੀ ਉਹ ਸੁਬਾਹ ਧੋ ਕੇ ਅਤੇ ਮੈਂ ਉਹ ਉੱਪਰਲੀ ਛੱਤ 'ਤੇ ਪਾ ਦਿੱਤੀ ਸੀ ਵੀ ਜਲਦੀ ਸੁੱਕ ਜਾਏਗੀ ਜਰਾਬਾਂ ਵੀ। ਅਤੇ ਕੱਪੜੇ ਜਿਹੜੇ ਨੇ ਉਹ ਰਹਿੰਦੇ ਨੇ, ਇਹ ਆ ਪਿਆ ਨੇ ਜੀ, ਇਹ 2-3 ਸੂਟ ਹੈਗੇ ਨੇ। ਅਤੇ ਘਰ ਤਾਂ ਗਿਆ ਨਹੀਂ ਸੀ, ਘਰ ਜਾਈਏ ਤਾਂ ਫਿਰ ਤਾਂ ਚਲੋ ਉੱਥੇ ਕੰਮ ਦੀ ਵਜ੍ਹਾ ਤੋਂ ਮਤਲਬ ਰੁਕਣਾ ਪੈ ਗਿਆ, ਬੋਸ ਨੇ ਕਿਹਾ ਸੀ ਇੱਥੇ ਰੁਕ ਜਾਓ। ਅਤੇ ਕੱਪੜੇ ਵੀ ਦੂਸਰੇ ਦਿਨ ਬਾਅਦ ਬਦਲਣੇ ਜ਼ਰੂਰੀ ਹੁੰਦੇ ਨੇ, ਅਤੇ ਨਾ ਬਦਲੀਏ ਤਾਂ ਤੁਹਾਨੂੰ ਪਤਾ ਫਿਰ ਜਿਹੜੀ ਮੈਲ ਕਚੈਲ ਦੇ ਬੜੀ ਆਵਾਜ਼ ਆ ਰਹੀ ਜੀ ਬਣਦੀ ਹੈ। ਜਹਾਜ਼ ਵੀ ਆ ਗਿਆ, ਮੋੜ ਕੱਟ ਰਿਹਾ, ਪਤਾ ਨਹੀਂ ਕਿਸੇ ਕੰਪਨੀ ਦਾ ਹੋਣਾ। ਕੱਪੜੇ ਜਿਹੜੇ ਨੇ ਉਹ ਧੋ ਦਿੱਤੇ ਨੇ, ਉੱਥੇ ਜਾਂਦੇ ਹਾਂ ਜਾ ਕੇ ਵੇਖਦੇ ਹਾਂ ਵੀ ਜਰਸੀ ਦੀ ਕੀ ਸੂਰਤ ਹਾਲ ਹੈ, ਸੁੱਕ ਗਈ ਹੈ ਕਿ ਨਹੀਂ। ਇਹਦੇ ਪੱਟੀ ਸਾਹਿਬ ਵੀ ਆ ਗਏ ਨੇ ਮੇਰੇ ਪਿੱਛੇ ਹੀ ਫੁੱਲ, ਇਹ ਖੋਰ ਨਿਕਲ ਰਿਹਾ ਨਵਾਂ ਨਵਾਂ ਵਾਲਾ। ਜਰਾਬਾਂ ਸੁੱਕ ਗਈਆਂ ਨੇ ਅਤੇ ਜਰਸੀ ਅਜੇ ਥੋੜ੍ਹੀ ਥੋੜ੍ਹੀ ਗਿੱਲੀ ਹੈ, ਹੈ ਇੱਥੋਂ ਥੋੜ੍ਹੀ ਗਿੱਲੀ ਹੈ। ਚਲੋ ਥੋੜ੍ਹੀ ਦੇਰ ਨੂੰ ਜਰਾਬਾਂ ਲੈ ਕੇ ਚੱਲਦੇ ਹਾਂ ਥੱਲੇ, ਅਤੇ ਬਾਕੀ ਸੁੱਕ ਜਾਏਗੀ ਥੋੜ੍ਹੀ ਜਿਹੀ ਦੇਰ ਹੋਰ, ਧੁੱਪ ਪਏਗੀ ਅੱਧੇ ਘੰਟੇ ਤੱਕ ਫਿਰ ਸੁੱਕ ਜਾਏਗੀ। ਵਾਹ ਵਾਹ ਛੋਟੀ ਹੈ, ਇਹ ਕਿਹੜਾ 2XL ਹੈ, ਦੂਜੇ 'ਚ ਹੋਰ ਫਰਕ ਆਏਗਾ। ਪੁੱਛ ਲਈਏ ਬਾਅਦ ਮਾਰਨਾ ਵਾ। ਅੱਛਾ ਜੀ, ਕਾਹਵਾ ਤਿਆਰ ਹੋ ਰਿਹਾ, ਪਿਸ਼ਾਵਰੀ ਕਾਹਵਾ ਵੀ ਪਾ ਦਿੱਤਾ, ਪੁਦੀਨਾ ਵੀ ਪਾ ਦਿੱਤਾ, ਕਿਆ ਬਾਤ ਹੈ। ਧੁੱਪ ਜਿਹੜੀ ਉਹ ਵੀ ਬਿਹਤਰੀਨ ਨਿਕਲੀ ਹੋਈ ਹੈ, ਕੱਪੜੇ ਸੁੱਕ ਗਏ ਹੋਣੇ ਨੇ, ਜੇ ਨਹੀਂ ਵੀ ਸੁੱਕਿਆ ਤਾਂ ਡਰਾਈ ਮਾਰ ਲੈਂਦੇ ਹਾਂ। ਮਾੜੇ ਮਾੜੇ ਗਿੱਲੇ ਨੇ ਅਜੇ। ਕਾਹਵਾ ਅਲਹਮਦੁਲਿਲਾ ਤਿਆਰ ਹੋ ਚੁੱਕਿਆ, ਟੇਸਟ ਕਰਨੇ ਆ। ਬਿਹਤਰੀਨ ਕੰਮ, ਧੁੱਪ ਵੀ ਸਹੀ, ਬਿਹਤਰੀਨ ਹੈ। ਪਾਲਕ ਲੈ ਆਈ, ਪਾਲਕ ਜਿੱਥੇ ਚਾਸ ਦੇ ਚਿਕਨ ਸੀ ਨਾ, ਗੋਭੀ ਗੋਸ਼ਤ ਚਿਕਨ ਪਾਇਆ ਸੀ ਨਾ। ਚਿਕਨ ਅਗਰ ਮਤਲਬ ਪੈ ਸਕਦਾ ਹੈ ਗੋਭੀ ਦੇ ਵਿੱਚ, ਤੇ ਫਿਰ ਕੱਟਾ ਕਿਉਂ ਨਹੀਂ ਪੈ ਸਕਦਾ। ਬੀਫ ਸ਼ਾਇਦ ਮਜ਼ਾ ਆਵੇ ਨਾ, ਫਿਰ ਚਾਸ ਪਾਜਨ ਮੈਂ ਕਹਿ ਰਿਹਾ ਸੀ। ਚਲੋ ਪਾਲਕ ਲੈ ਆ, ਪਾਲਕ ਦੇ ਮੋੜ ਸਹੀ ਹੈ ਨਾ, ਹੈ ਜਾਂ ਸ਼ਲਜਮ ਗੋਸ਼ਤ ਪਕਾ ਲਈਏ। ਸ਼ਲਜਮ ਯਾਰ ਟਾਈਮ ਆ ਵਾਲਾ ਆ ਜਾਣਾ, ਉਹਨੂੰ ਦੋਵਾਂ ਚੀਜ਼ਾਂ ਨੂੰ ਉਬਾਲਣਾ ਪੈਣਾ ਅਲੱਗ ਅਲੱਗ ਕਰਕੇ। ਸ਼ਲਜਮ ਵੀ ਉਬਾਲਣੇ ਪੈਣੇ ਨੇ ਅਤੇ ਗੋਸ਼ਤ ਵੀ ਉਬਾਲਣਾ ਪੈਣਾ, ਉਹਦੇ 'ਚ ਟਾਈਮ ਚਾਹੀਦਾ ਕਾਫੀ। ਆਹੋ, ਤੂੰ ਗੈਸ ਦਾ ਪਤਾ ਕੋਈ ਨਹੀਂ ਲੱਗਦਾ ਨਾ, ਮਤਲਬ ਵੀ ਉਹ ਕਿਸ ਟਾਈਮ ਆਵੇ ਜਾਂ ਨਾ ਆਵੇ ਕਦੀ। ਪਹਿਲੇ ਉਹਨੂੰ ਆਪਾਂ ਗੋਸ਼ਤ ਉਬਾਲਣਾ ਪੈਣਾ, ਫਿਰ ਸ਼ਲਜਮ ਉਬਾਲਣੇ ਪੈਣੇ ਨੇ, ਟਾਈਮ ਕਾਫੀ ਚਾਹੀਦਾ। ਗੈਸ ਤਾਂ ਦਸਰੀ ਵੈ ਟਾਈਮ ਲੱਗ ਜਾਣਾ ਉਹਦੇ 'ਤੇ, ਫਿਰ ਕੀ ਲਿਆ ਜੀ ਪਾਲਕ ਗੋਸ਼ਤ ਕਾਲੀ। ਪਾਲਕ ਲੈ ਆ, ਪਾਲਕ ਦੇ ਇਹਨਾਂ ਗੋਸ਼ਤ ਬਾਲ ਲੈ, ਫਿਰ ਪਾਲਕ ਉਬਾਲਣੀ ਨਹੀਂ ਪੈਣੀ। ਜਾਂ ਮਟਰ ਗੋਸ਼ਤ ਲੈ, ਮਟਰ ਗੋਸ਼ਤ ਪਕਾ ਲਈਏ। ਲੈ ਆ, ਮੈਂ ਤਾਂ ਨਹੀਂ ਕਦੀ ਖਾਧਾ ਮਟਰ, ਕੀਮਾ ਖਾਧਾ ਆ ਅੱਜ। ਕੀਮਾ ਕਰਾ ਲਾਂਗੇ ਆਪਾਂ, ਉਹਨੂੰ ਕਹਾਂਗੇ ਕੀਮਾ ਕਰ ਦੇ, ਉਹਨੂੰ ਕਹਾਂਗੇ ਇਹਦੇ ਭੋਰੇ ਕਰ ਦੇ। ਭੋਰੇ ਭੋਰੇ ਕੀਮਾ ਨਹੀਂ ਤੁਹਾਨੂੰ ਪਕਾਉਣਾ ਆਉਂਦਾ ਐਵੇਂ ਦੀ, ਉਹ ਵਿੱਚ ਛੋਰਾ ਪਾ ਕੇ ਦਿਓ। ਬਲਕਿ ਮਟਰ ਨੂੰ ਪਹਿਲੇ ਪਕਾਉਣਾ, ਇਹ ਨਾ ਹੋਵੇ ਕਿ ਵਿੱਚ ਕੀਮਾ ਸੀ ਲੱਭਦੇ ਹੋਈਏ ਮਟਰਾਂ ਦੇ ਵਿੱਚ। ਤੁਸੀਂ ਕੀਮੇ ਦੇ ਵਿੱਚ ਆਲੂ ਕੀਮਾ ਪਾ ਲਿਆ, ਆਲੂ ਪਾ ਲਈਏ, ਆਲੂ ਮਟਰ ਛੋਰੇ ਵਾਲੇ ਪਕਾ ਕੇ ਵਿੱਚ ਕੀਮਾ ਪਾ ਲਿਆ, ਇਸ ਤਰ੍ਹਾਂ ਕਰ ਲਿਆ ਜੀ, ਆਲੂ ਮਟਰ ਪਾ ਲਿਆ ਜੀ ਵਿੱਚ, ਥੋੜ੍ਹਾ ਜਿਹਾ ਕੀਮਾ ਪਾ ਲਿਆ, ਆਲੂ ਗੋਸ਼ਤ ਪਕਾ ਲਈਏ। ਚਲੋ ਆਲੂ ਲੈ ਆ, ਹਾਂ ਇਹ ਵੀ ਪਾ ਕੇ ਛੋਰੇ ਵਾਲੇ ਪਾ ਕੇ ਜਾਇਆ ਕਰਾ। ਚਲੋ ਇੰਜ ਕਰ ਲਾ, ਲੈ ਆ ਮੋੜ, ਸੁੱਟ ਸੁੱਟ ਹੋਰ ਸੁੱਟ, ਇਹ ਤਾਂ ਥੋੜ੍ਹਾ ਇਹਨੂੰ ਮਲਣਾ ਸਹੀ ਤਰੀਕੇ ਨਾਲ ਨਾ ਤੇਰਾ, ਬਸ ਦੱਸੀ ਜੋ, ਹਾਂ ਸੁੱਟੀ ਜਾ। ਤੇ ਗੋਸ਼ਤ ਨਹੀਂ ਲਿਆ? ਨਹੀਂ ਨਹੀਂ। ਅੱਛਾ, ਕੀ ਮੁੰਡਾ ਕੀ ਆਂਦਾ, ਮੱਛੀ ਖਾਣੀ ਹੈ? ਹਾਂ ਵੀ ਤੇਰੀ ਫਰਮਾਇਸ਼ ਹੈ। ਆ ਮੈਂ ਸਰ ਗੋਸ਼ਤ ਵੀ ਉਹਨੇ ਪੈਸੇ ਨਾਲ ਤੇ ਮੱਛੀ ਵੀ ਉਹਨੇ ਪੈਸੇ ਵੀ ਹੈ।
ਅੱਛਾ ਮੱਛੀ ਖਾ ਲਈ। ਚਲੋ ਜੀ ਮੱਛੀ ਖਾ ਲਓ ਅੱਜ, ਫਿਰ ਫਰਾਈ ਕਰਨੀ ਪਕਾਉਣੀ ਹੈ? ਫਰਾਈ ਕਰਨੀ ਹੈ। ਚਲੋ ਅੱਜ ਫਰਾਈ ਕਰਨੇ ਆ ਫਿਰ, ਇਹਨੂੰ ਫਿਰ ਧੋ ਧੂ ਲਈਏ ਸਾਰਾ ਕੁਝ। ਹੈ ਪਹਿਲੇ ਹੱਥ ਮਾਰ ਲਈਏ ਨਾ। ਹਾਂ ਨਿੰਬੂ ਸੁੱਟ ਸੂੰ। ਹੋਰ ਵੀ ਕਿੰਨੇ ਲਾਏ ਨੀ? ਸਰੀ ਦੋ ਲਾ ਜੀ, ਇੱਕ ਲਾ ਜੀ, ਇੱਕ ਹੋਰ ਲਾ ਸੂੰ। ਅੱਛਾ ਗੋਸ਼ਤ ਲੈਣ ਗਿਆ ਸੀ ਤੇ ਰਜ਼ਵਾਨ ਨੇ ਕਿਹਾ ਵੀ ਗੋਸ਼ਤ ਲੈ ਆਉਂਦੇ, ਮੱਛੀ ਲੈ ਆਉਂਦੇ, ਮੱਛੀ ਲੈ ਆਉਂਦੀ ਹੈ। ਮੱਛੀ ਨੂੰ ਧੋ ਕੇ ਅਤੇ ਮਸਾਲਾ ਵਗੈਰਾ ਲਗਾ ਕੇ ਰੱਖ ਦਿੰਦੇ ਹਾਂ। 5 ਵੱਜ ਗਏ ਨੇ, ਸ਼ਾਮ ਦੀ ਅਜ਼ਾਨਾਂ ਹੋ ਰਹੀਆਂ ਨੇ। ਇਹਨੂੰ ਰੱਖ ਦਿਓ ਉੱਤੇ, ਢੱਕ ਦਿਓ ਉਹਨੂੰ ਇੱਥੇ ਉੱਤੇ। ਲਾਓ ਜੀ ਨਿੱਬੂ ਲਾਓ ਜੀ, ਬੰਦੇ ਵੀ ਸਾਡੇ ਬਹਿ ਗਏ ਨੇ, ਤਿਆਰੀ ਕਰ ਲਈ ਹੈ, ਭੁੱਖ ਵੀ ਲੱਗੀ ਹੈ ਸਾਰਿਆਂ ਬੰਦਿਆਂ ਨੂੰ। ਰਾਇਤਾ ਵੀ ਤਿਆਰ ਹੋ ਗਿਆ, ਸਲਾਦ ਵੀ ਤਿਆਰ ਹੈ, ਇਹਦੇ VIP ਨਾਨ ਵਿੱਚ ਸਪੈਸ਼ਲ ਆ ਗਏ ਨੇ। ਮੈਂ ਮੱਛੀ ਵੀ ਆ ਗਈ ਹੈ ਜੀ, ਬਿਹਤਰੀਨ ਕੰਮ ਹੋ ਗਿਆ, ਨਜ਼ਾਰੇ ਆਉਣਗੇ, ਠੰਡ ਵੀ ਪੈ ਰਹੀ ਹੈ। ਚਲੋ ਪੜ੍ਹੋ ਬਿਸਮਿਲ੍ਲਾ, ਜੁੜੋ 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 ਯੱਕੇ ਜੁੜੋ, ਖਾਓ ਖਾਓ ਖਾਓ। ਹੋ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਬਿਹਤਰੀਨ ਹੈ, ਮਿਰਚਾਂ ਮੁਰਚਾਂ ਦਾ ਸਹੀ ਹੈ, ਜ਼ਬਰਦਸਤ ਕੰਮ। ਹਾਂ ਦੁਆਨ ਚਾਹ ਸਾਰੀ ਹੈ, ਮਜ਼ੇਦਾਰ ਹੈ। ਬਸ ਕੰਡੇ ਤੋਂ ਬਚ ਕੇ, ਕੰਡਾ ਨਾ ਪਸਾ ਲਈ। ਸ਼ੁਕਰ ਹੈ ਅੱਲਾ ਪਾਕ ਦਾ, ਰੱਬ ਦੀਆਂ ਨਿਯਮਤਾਂ ਨੇ ਰੱਬ ਸੋਹਣਾ ਖਾਣ ਨੂੰ ਦੇ ਰਿਹਾ, ਰੱਬ ਦਾ ਬੜਾ ਹੀ ਅਹਿਸਾਨ ਹੈ। ਲਓ ਜੀ ਜਵਾਨ ਸਾਹਿਬ ਬੋਤਲ ਲੈ ਕੇ ਆ ਗਏ ਨੇ। ਜਵਾਨ ਸਾਹਿਬ ਕਿਹੜੀ ਲਿਆਂਦੀ ਅੱਜ? ਸਰ ਮਿੰਟ ਮਾਰ, ਇੱਧਰ ਮੂੰਹ ਤੇ ਵਿਖਾ ਆਪਣਾ। ਮੱਛੀ ਖਾਧੀ ਹੋ? ਆਹੋ ਸਰ ਮੱਛੀ ਖਾਧੀ। ਤੇ ਇਹ ਮਿੰਟ ਵਾਲੀ ਬੋਤਲ ਦਾ ਕੀ ਨੁਕਸਾਨ ਹੈ? ਐਸੇ ਕੋਈ ਨੁਕਸਾਨ ਨਹੀਂ ਹੈ, ਠੰਡੀ ਬੋਤਲ ਹੈ, ਚਸ ਕਰੇ ਜੀ। ਸਾਰਿਆਂ ਨੂੰ ਪਿਆਉਣੀ ਹੋ? ਆਹੋ ਜੀ ਸਭ ਪੀ ਲੈਣਗੇ ਬੋਤਲ। ਕੀ ਬਾਤ ਹੈ! ਹੈਲੋ ਸਰ, ਪਹਿਲੇ ਤੁਸੀਂ ਬਿਸਮਿਲ੍ਲਾ ਲਿਆਓ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਲਓ ਜੀ ਆ ਗਈ ਨਿੰਮ ਘੋਟੀ ਹੋਈ, ਜਿਹੜੀ ਕੱਲ੍ਹ ਵੀ ਪੀਤੀ ਸੀ ਅਤੇ ਅੱਜ ਫਿਰ ਪੀ ਰਹੇ ਹਾਂ। ਆ ਬੰਦੇ ਦੀ ਮਿਹਰਬਾਨੀ ਜੀ, ਇਹ ਲੈ ਕੇ ਆਇਆ ਜੀ। ਅੱਜ ਮੱਛੀ ਵੀ ਇੰਨੀ ਖਵਾਈਏ, ਬੋਤਲ ਵੀ ਇਹੀ ਪਿਆਰ ਆ, ਕਿਆ ਬਾਤ ਹੈ! ਇੰਝ ਦਾ ਬੰਦਾ ਹੋਣਾ ਚਾਹੀਦਾ, ਰੋਜ਼ ਇੱਕ ਬੰਦਾ ਕੋਈ ਨਾ ਕੁਛ ਐ ਖਵਾਈ ਰੱਖੇ, ਕਿਉਂ ਰਜਵਾਨ? ਹਾਂਜੀ ਬਿਹਤਰੀਨ ਹੂੰ ਸਰ ਜੀ, ਠੰਡੀ ਹੈ, ਚਸ ਆ ਰਹੀ ਹੈ। ਸਰਦੀਆਂ 'ਚ ਠੰਡੀ ਬੋਤਲ ਸਰ ਜੀ, ਮਜ਼ਾ ਆ ਰਿਹਾ, ਚਸ ਆ ਰਿਹਾ। ਮੱਛੀ ਦੂਧ ਤਾਂ ਵੈਸੇ ਹੀ ਪੀਣੀ ਚਾਹੀਦੀ ਉਸ ਸਾਲ। ਕਿਉਂ? ਮੱਛੀ ਗਰਮ ਸੀ। ਹਾਂਜੀ ਬੋਤਲ ਠੰਡੀ, ਬੋਤਲ ਠੰਡੀ ਅਤੇ ਮੱਛੀ ਭਾਵੇਂ ਅੰਦਰ ਤੜਪਦੀ ਵੀ ਹੋਵੇ ਠੰਡ ਦੇ ਨਾਲ। ਨਹੀਂ ਨਹੀਂ ਉਹ ਨਹੀਂ ਤੜਪਦੀ, ਉਹ ਪਾਣੀ 'ਚ ਰਹਿ ਰਹੀ ਹੈ, ਠੰਡੇ ਪਾਣੀ ਹੈ ਜੀ। ਪੱਟੀ ਸਾਹਿਬ ਕਿਤੇ ਗਏ, ਉਹਨਾਂ ਨੇ ਬੋਤਲ ਪੀਣੀ, ਉਹ ਪਤਾ ਨਹੀਂ ਕਿੱਧਰ ਉੱਥੇ ਰੱਖ ਦਿੱਤੀ ਹੈ। ਆਹੋ ਬੱਟੀ ਸਾਹਿਬ ਆ ਜਾਂਦਾ ਮੁੜ, ਇੱਥੇ ਹੀ ਹੋਣਾ, ਉਹਨੇ ਕਿਤੇ ਜਾਣਾ ਜੀ।